सितंबर 2024 ਦੇ ਵਿੱਚ ਟੌਪ 15 ਕਾਰਾਂ ਦੀ ਸੇਲ ਕਿਸ ਪ੍ਰਕਾਰ ਰਹੀ ਹੈ ਉਹ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦੇਣਾ ਹੈ। ਹੁਣ ਜਿੱਦਾਂ SUV ਦਾ ਸਮਾਂ ਚੱਲ ਰਿਹਾ ਤੇ ਜ਼ਿਆਦਾ ਇੰਡੀਆ ਦੇ ਵਿੱਚ SUV ਕਾਰਾਂ ਹੀ ਸੇਲ ਹੋ ਰਹੀਆਂ ਨੇ, ਸੈਡਾਨ ਸੈਗਮੈਂਟ ਹੈਚਬੈਕ ਸੈਗਮੈਂਟ ਬਹੁਤ ਘੱਟ ਸੇਲ ਹੁੰਦਾ। ਸੋ ਜੇ ਆਪਾਂ 25 ਦੀ ਲਿਸਟ ਕੱਢੀਏ ਤੇ ਉਹਦੇ ਵਿੱਚ ਵੀ ਜ਼ਿਆਦਾ SUV ਸੈਗਮੈਂਟ ਦੀਆਂ ਗੱਡੀਆਂ, ਪਰ 25 ਲਿਸਟ ਜ਼ਿਆਦਾ ਲੰਬੀ ਹੋ ਜਾਂਦੀ ਹੈ। ਸੋ ਜਦੋਂ ਟਾਈਮ ਘੱਟ ਹੁੰਦਾ ਤੇ ਆਪਾਂ 15 'ਚ ਕੰਮ ਕਰ ਦਈਦਾ। 15ਵੇਂ ਨੰਬਰ 'ਤੇ ਜੀ ਵੈਨਿਊ ਪੈਟਰੋਲ ਔਰ ਡੀਜ਼ਲ ਦੋਨਾਂ ਸੈਗਮੈਂਟ ਦੇ ਵਿੱਚ ਮਿਲਦੀ ਹੈ। 10,260 ਗੱਡੀਆਂ ਕੁੱਲ ਸੇਲ ਹੋਈਆਂ, 7,94,000 ਤੋਂ ਲੈ ਕੇ 13,53,000 ਤੱਕ ਐਕਸ ਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ। 14ਵੇਂ ਨੰਬਰ 'ਤੇ ਜੀ ਗ੍ਰੈਂਡ ਵਿਟਾਰਾ, ਜਿਹੜੀ ਸਟਰੋਂਗ ਹਾਈਬ੍ਰਿਡ, ਮਾਈਲਡ ਹਾਈਬ੍ਰਿਡ ਔਰ CNG ਤਿੰਨ ਆਪਸ਼ਨਾਂ ਦੇ ਨਾਲ ਮਿਲਦੀ ਹੈ। ਵਧੀਆ ਗੱਡੀ ਹੈ, ਘੱਟ ਰੇਟ ਦੇ ਵਿੱਚ ਚੰਗਾ ਪੈਕੇਜ ਮਿਲ ਜਾਂਦਾ। 10,267 ਗੱਡੀਆਂ ਕੁੱਲ ਸੇਲ ਹੋਈਆਂ, 10,87,000 ਤੋਂ ਲੈ ਕੇ 19,97,000 ਤੱਕ ਐਕਸ ਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ। 13ਵੇਂ ਨੰਬਰ 'ਤੇ ਜੀ ਸੋਨਟ ਵੀ ਪੈਟਰੋਲ ਡੀਜ਼ਲ ਦੇ ਵਿੱਚ ਮਿਲ ਜਾਂਦੀ ਹੈ, ਆਟੋਮੈਟਿਕ ਮੈਨੂਅਲ ਟਰਾਂਸਮਿਸ਼ਨ ਦੇ ਨਾਲ। 10,335 ਗੱਡੀਆਂ ਕੁੱਲ ਸੇਲ ਹੋਈਆਂ ਨੇ, 8 ਲੱਖ ਤੋਂ ਲੈ ਕੇ 15,77,000 ਤੱਕ ਐਕਸ ਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ। 12ਵੇਂ ਨੰਬਰ 'ਤੇ ਡਿਜ਼ਾਇਰ, ਜਿਹੜੀ ਕਿ ਬਹੁਤ ਜਲਦੀ ਬੰਦ ਹੋਣ ਵਾਲੀ ਹੈ, ਨਵੀਂ ਡਿਜ਼ਾਇਰ ਆਉਣ ਵਾਲੀ ਆ, ਹਾਲੇ ਪੈਟਰੋਲ CNG ਦੇ ਵਿੱਚ ਮਿਲਦੀ ਹੈ। 10,853 ਗੱਡੀਆਂ ਕੁੱਲ ਸੇਲ ਹੋਈਆਂ ਸਪਤੰਬਰ 2024 ਦੇ ਵਿੱਚ, 6,56,000 ਤੋਂ ਲੈ ਕੇ 9,40,000 ਤੱਕ ਐਕਸ ਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ। 11ਵੇਂ ਨੰਬਰ 'ਤੇ ਨੈਕਸੋਨ ਪੈਟਰੋਲ ਡੀਜ਼ਲ CNG EV ਇੱਕੋ ਇੱਕ ਗੱਡੀ ਆ ਜਿਹੜੀ 4 ਆਪਸ਼ਨਾਂ ਦੇ ਨਾਲ ਮਿਲਦੀ ਹੈ ਇੰਡੀਆ ਦੇ ਵਿੱਚ ਇਸ ਟਾਈਮ। 11,470 ਗੱਡੀਆਂ ਕੁੱਲ ਸੇਲ ਹੋਈਆਂ, 8 ਲੱਖ ਤੋਂ ਲੈ ਕੇ 15,50,000 ਤੱਕ ਪੈਟਰੋਲ ਡੀਜ਼ਲ CNG ਮਿਲ ਜਾਂਦੀ ਹੈ। ਜੇ ਤੁਸੀਂ EV 'ਚ ਲੈਣੀ ਹੈ ਤਾਂ 12,50,000 ਤੋਂ ਲੈ ਕੇ 17,19,000 ਰੁਪਏ ਤੱਕ ਐਕਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ। ਟੌਪ ਵੇਰੀਅੰਟ ਜਿਹੜਾ ਨੈਕਸੋਨ EV ਦਾ, ਉਹਦੇ 'ਚ 3 ਲੱਖ ਰੁਪਇਆ ਰੇਟ ਜਿਹੜਾ ਕੰਪਨੀ ਵੱਲੋਂ ਘਟਾ ਦਿੱਤਾ ਹੈ ਕੰਪਟੀਸ਼ਨ ਦੇ ਚੱਲਦਿਆਂ। 10ਵੇਂ ਨੰਬਰ 'ਤੇ ਜੀ ਈਕੋ ਵੈਨ ਮਰੂਤੀ ਸੁਜ਼ੂਕੀ ਦੀ, 11,908 ਗੱਡੀਆਂ ਕੁੱਲ ਸੇਲ ਹੋਈਆਂ, ਪੈਟਰੋਲ CNG ਦੇ ਵਿੱਚ ਮਿਲਦੀ ਹੈ। 5,32,000 ਤੋਂ ਲੈ ਕੇ 6,58,000 ਤੱਕ ਐਕਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ। 9ਵੇਂ ਨੰਬਰ 'ਤੇ ਜੀ ਵੈਗਨਾਰ, ਇਹ ਵੀ ਪੈਟਰੋਲ CNG ਦੇ ਵਿੱਚ ਮਿਲ ਜਾਂਦੀ ਹੈ। 13,340 ਗੱਡੀਆਂ ਕੁੱਲ ਸੇਲ ਹੋਈਆਂ, 5,54,000 ਤੋਂ ਲੈ ਕੇ 7,38,000 ਤੱਕ ਐਕਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ। 8ਵੇਂ ਨੰਬਰ 'ਤੇ 13,711 ਗੱਡੀਆਂ ਕੁੱਲ ਸੇਲ ਹੋਈਆਂ, 5 ਦੀ ਸੇਲ ਘਟੀ ਆ, 6,13,000 ਤੋਂ ਲੈ ਕੇ 10,15,000 ਤੱਕ 5 ਮਿਲ ਜਾਂਦੀ ਜੀ। 5 ਪੈਟਰੋਲ CNG ਔਰ EV ਤਿੰਨ ਸੈਗਮੈਂਟ ਦੇ ਵਿੱਚ ਮਿਲਦੀ ਹੈ। EV ਦੇ ਵਿੱਚ ਲੈਣੀ ਹੈ 10 ਲੱਖ ਤੋਂ ਲੈ ਕੇ ਅਤੇ 14,30,000 ਰੁਪਏ ਤੱਕ ਐਕਸ਼ੋਰੂਮ ਪ੍ਰਾਈਜ਼ ਮਿਲ ਜੂਗੀ। 7ਵੇਂ ਨੰਬਰ 'ਤੇ ਜੀ ਫਰੌਂਕਸ ਦੀ ਸੇਲ ਬਹੁਤ ਜ਼ਿਆਦਾ ਵੱਧ ਗਈ ਹੈ, 13,874 ਗੱਡੀਆਂ ਕੁੱਲ ਸੇਲ ਹੋਈਆਂ ਨੇ। ਬਹੁਤ ਵਧੀਆ ਲੁੱਕ ਦੇ ਨਾਲ ਫਰੌਂਕਸ ਲਾਂਚ ਕੀਤੀ ਹੈ ਮਰੂਤੀ ਸੁਜ਼ੂਕੀ ਨੇ। 7,51,000 ਤੋਂ ਲੈ ਕੇ 13,04,000 ਤੱਕ ਐਕਸ਼ੋਰੂਮ ਪ੍ਰਾਈਜ਼ ਫਰੌਂਕਸ ਮਿਲ ਜਾਂਦੀ ਹੈ। 6ਵੇਂ ਨੰਬਰ 'ਤੇ ਜੀ ਬਲੈਨੋ, 14,292 ਗੱਡੀਆਂ ਕੁੱਲ ਸੇਲ ਹੋਈਆਂ, 6,66,000 ਤੋਂ ਲੈ ਕੇ 9,84,000 ਰੁਪਏ ਤੱਕ ਐਕਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ। 5ਵੇਂ ਨੰਬਰ 'ਤੇ ਸਕਾਰਪੀਓ ਕਲਾਸਿਕ ਸਕਾਰਪੀਓ ਐਨ ਦੋਨਾਂ ਦੀ ਸੇਲ ਮਿਲਾ ਕੇ 14,438 ਗੱਡੀਆਂ ਕੁੱਲ ਸੇਲ ਹੋਈਆਂ, 13,92,000 ਤੋਂ ਲੈ ਕੇ 17,42,000 ਤੱਕ ਕਲਾਸਿਕ ਮਿਲ ਜਾਂਦੀ ਹੈ। ਐਨ ਲੈਂਦੇ ਹੋ 13,85,000 ਤੋਂ ਲੈ ਕੇ 24,54,000 ਤੱਕ ਐਕਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ। ਔਰ 4ਵੇਂ ਨੰਬਰ 'ਤੇ ਜੀ ਬਰੀਜ਼ਾ 15,322 ਗੱਡੀਆਂ ਕੁੱਲ ਸੇਲ ਹੋਈਆਂ, ਪੈਟਰੋਲ CNG ਦੇ ਵਿੱਚ ਮਿਲਦੀ ਆ, 8,34,000 ਤੋਂ ਲੈ ਕੇ 14,14,000 ਤੱਕ ਐਕਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ। 3ਵੇਂ ਨੰਬਰ 'ਤੇ ਜੀ ਕ੍ਰੇਟਾ ਦੀ ਸੇਲ ਬਹੁਤ ਜ਼ਿਆਦਾ ਵਧੀਆ ਹੋ ਗਈ ਹੈ, 15,902 ਗੱਡੀਆਂ ਕੁੱਲ ਸੇਲ ਹੋਈਆਂ, 11 ਲੱਖ ਤੋਂ ਲੈ ਕੇ 20,30,000 ਤੱਕ ਐਕਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ। 2ਵੇਂ ਨੰਬਰ 'ਤੇ ਜੀ ਸਵਿਫਟ ਦੀ ਸੇਲ ਵਧੀਆ ਹੋ ਰਹੀ ਹੈ, ਜਦੋਂ ਦੀ ਆਈ ਆ ਠੀਕ ਚੱਲ ਰਹੀ ਹੈ ਸੇਲ। ਇਹਦੇ ਨਾਲ ਨਾਲ ਬਲੈਨੋ ਜਿਹੜੀ ਆ ਉਹਦੀ ਸੇਲ ਵੀ ਵਧੀ ਆ, ਕਿਉਂਕਿ ਸਵਿਫਟ ਦੇ ਵਿੱਚ 3 ਸਿਲੰਡਰ ਇੰਜਣ ਹੈ, ਬਲੈਨੋ 'ਚ 4 ਸਿਲੰਡਰ ਇੰਜਣ ਹੈ। ਹੁਣ ਸਵਿਫਟ CNG ਦੇ ਵਿੱਚ ਵੀ ਲਾਂਚ ਕਰ ਦਿੱਤੀ ਹੈ। 16,241 ਗੱਡੀਆਂ ਫਿਲਹਾਲ ਸੇਲ ਹੋਈਆਂ, 6,50,000 ਤੋਂ ਲੈ ਕੇ 9,60,000 ਤੱਕ ਐਕਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ। 1ਵੇਂ ਨੰਬਰ 'ਤੇ ਜੀ ਆਰਟੀਗਾ ਕਮਰਸ਼ੀਅਲ ਸੈਗਮੈਂਟ 'ਚ ਬਹੁਤ ਜ਼ਿਆਦਾ ਵਿਕਦੀ ਹੈ, ਇਸੇ ਕਰਕੇ 1ਵੇਂ ਨੰਬਰ 'ਤੇ ਆ ਗਈ। 17,441 ਗੱਡੀਆਂ ਕੁੱਲ ਸੇਲ ਹੋਈਆਂ, 8,70,000 ਤੋਂ ਲੈ ਕੇ 13,13,000 ਤੱਕ ਐਕਸ਼ੋਰੂਮ ਪ੍ਰਾਈਜ਼ ਮਿਲ ਜਾਂਦੀ ਹੈ ਆਰਟੀਗਾ। ਔਰ ਦੋਸਤੋ, ਇਹ ਸੀਗੀਆਂ ਟੌਪ 15 ਕਾਰਾਂ ਜਿਹੜੀਆਂ ਸਪਤੰਬਰ 2024 ਦੇ ਵਿੱਚ ਸੇਲ ਹੋਈਆਂ। ਅਗਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਟੌਪ 15 SUV ਸੈਗਮੈਂਟ ਦੀਆਂ ਗੱਡੀਆਂ ਜਿਨ੍ਹਾਂ ਦੀ ਸੇਲ ਟੌਪ 'ਤੇ ਰਹੀ ਹੈ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਧੰਨਵਾਦ।